ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰੇ ਵੀਰਾਂ ਦਾ ਬਹੁਤ-ਬਹੁਤ ਅਸੀਂ ਸਵਾਗਤ ਕਰਦੇ ਆਂ ਤੁਹਾਡੇ ਆਪਦੇ YouTube ਚੈਨਲ ਟਰੈਕਟਰ ਵਯਾ 2 ਦੇ ਉੱਪਰ ਸਭ ਤੋਂ ਪਹਿਲਾਂ ਤਾਂ ਜਿੰਨੇ ਵੀ ਨਵੇਂ ਆਏ ਨੇ ਚੈਨਲ ਨੂੰ ਹੱਥ ਜੋੜ ਕੇ ਬੇਨਤੀ ਕਰਦੇ ਆਂ ਕਿ ਤੁਸੀਂ ਸਬਸਕ੍ਰਾਈਬ ਜ਼ਰੂਰ ਕਰਿਓ ਸਾਡੇ ਚੈਨਲ ਨੂੰ ਤਾਂ ਕਿ ਜਦੋਂ ਅਸੀਂ ਵੀਡੀਓ ਪਾਵਾਂਗੇ ਤੁਹਾਨੂੰ ਸਭ ਤੋਂ ਪਹਿਲਾਂ ਫਿਰ ਪਤਾ ਲੱਗ ਜੂਗਾ ਤੇ ਆਪਣੇ WhatsApp ਦੇ ਨੰਬਰ ਨੋਟ ਕਰ ਲਓ 7340945620 ਜਿਹੜੇ ਇਸ ਟਾਈਮ ਤੁਹਾਨੂੰ ਸਕਰੀਨ ਦੇ ਉੱਪਰ ਸ਼ੋਅ ਹੁੰਦੇ ਪਏ ਆ ਉਹਨਾਂ ਤੇ ਤੁਸੀਂ WhatsApp ਦੇ ਉੱਪਰ ਮੈਸੇਜ ਕਰਕੇ ਸਾਥੋਂ ਐਡ ਪਵਾ ਸਕਦੇ ਹੋ ਤੇ ਸਭ ਤੋਂ ਪਹਿਲਾਂ ਆਪਣੇ ਕੋਲ ਆ ਜਾਂਦਾ ਜੀ ਅਰਜਨ 605 ਨੋਵੋ ਇਹ ਜਿਹੜਾ ਟਰੈਕਟਰ ਆ 2014 ਮਾਡਲ ਆ ਟਰੈਕਟਰ ਇਹ ਜਿਹੜਾ 2014 ਮਾਡਲ ਆ ਹਾਲਤ ਵਗੈਰਾ ਤੁਸੀਂ ਟਰੈਕਟਰ ਦੀ ਪੂਰੀ ਵੇਖ ਹੀ ਸਕਦੇ ਹੋ ਬਹੁਤ ਚੰਗੀ ਤੇ ਸਾਫ਼ ਸੋਹਣੀ ਹਾਲਤ ਦੇ ਵਿੱਚ ਟਰੈਕਟਰ ਪਿਆ ਹੋਇਆ ਤੇ オリジナル ਟਰੈਕਟਰ ਆ 1120 ਘੰਟੇ ਟਰੈਕਟਰ ਕੁੱਲ ਹਜੇ ਤੱਕ ਚੱਲਿਆ ਹੋਇਆ ਮਾਲਕਾਂ ਨੇ ਦੱਸਣ ਅਨੁਸਾਰ ਤੇ 85 ਪੈਸੇ ਨਾਲ ਦੇ ਜਿਹੜੇ ਟਰੈਕਟਰ ਦੇ ਟਾਇਰ ਦੱਸੇ ਜਾ ਰਹੇ ਨੇ ਮਾਲਕ ਵੀਰਾਂ ਵੱਲੋਂ ਬਾਕੀ ਕੋਈ ਯਾਨੀ ਕਿ ਪ੍ਰੋਬਲਮ ਨਹੀਂ ਹੈਗੀ ਕਿ ਟਰੈਕਟਰ ਦੇ ਵਿੱਚ ਇੰਜਨ ਉੰਜਾਂ ਦਾ ਪੂਰਾ ਓਕੇ ਆ ਮੋਗਾ ਏਰੀਏ ਵਿੱਚ ਜਿਹੜਾ ਟਰੈਕਟਰ ਖੜਾ ਹੋਇਆ ਇਹ ਪੂਰਾ ਓਕੇ ਸਾਫ਼ ਹਾਲਤ ਦੇ ਵਿੱਚ ਆ 5,70,000 ਰੁਪਿਆ ਮੁੱਲ ਰੱਖਿਆ ਗਿਆ ਮਾਲਕ ਵੀਰਾਂ ਵੱਲੋਂ ਮੌਕੇ ਦੇ ਉੱਪਰ ਲੈਸ ਕੀਤਾ ਜਾਊਗਾ ਜੋ ਵੀ ਮਾਲਕ ਵੀਰਾਂ ਦੇ ਨੰਬਰ ਨੇ ਤੁਹਾਨੂੰ ਥੱਲੇ ਦੇ ਰਹੇ ਹਾਂ ਫੋਨ ਕਰਕੇ ਜਿਹੜਾ ਤੁਸੀਂ ਟਰੈਕਟਰ ਦਾ ਸੌਦਾ ਕਰ ਸਕਦੇ ਹੋ ਤੇ ਜਿੰਨੇ ਵੀ 911 ਦੇ 팬 ਨੇ ਉਹ ਜੱਟ ਜੀਉਣ ਟੂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜੀ ਤੇ 91 ਘਰਾਂ ਦੀ ਬੰਪਰ ਸੇਲ ਆਉਣੀ ਆ ਅੱਗੇ ਆਪਣੇ ਕੋਲ ਸੇਲ ਦੇ ਵਿੱਚ ਆ ਜਾਂਦਾ ਜੀ ਨਿਊ ਹਾਲੈਂਡ 3630 ਪਲੱਸ ਇਹ ਜਿਹੜਾ 3630 ਪਲੱਸ ਦੇ ਵਿੱਚ ਮਾਡਲ ਆ ਜਾਂਦਾ ਜੀ 2014 2014 ਮਾਡਲ ਆ ਹਾਲਤ ਵਗੈਰਾ ਤੁਸੀਂ ਟਰੈਕਟਰ ਦੀ ਪੂਰੀ ਵੇਖ ਹੀ ਸਕਦੇ ਹੋ ਵਧੀਆ ਹਾਲਤ ਦੇ ਵਿੱਚ ਟਰੈਕਟਰ ਪਿਆ ਹੋਇਆ ਵਾ ਕੋਈ ਕੰਮ ਨਹੀਂ ਭਾਲਦਾ ਕੋਈ ਕਮੀ ਪੇਸ਼ੀ ਹੈ ਨਹੀਂਗੀ ਗੇਅਰ ਦਾ ਇੰਜਨ ਦਾ ਲੈਫਟ ਦਾ ਮਗਰਲੇ ਸਿਰ ਓਕੇ ਆ 3 ਸਪੀਡ ਆ ਮਗਲ ਟਾਇਰ ਨਵੇਂ ਨੇ ਮੂਹਲ ਟਾਇਰ ਨਾਲ ਦੇ ਨੇ ਬਾਕੀ ਅੱਗੇ ਤੁਸੀਂ ਵੇਟ ਬੂਟ ਟੰਗ ਸਕਦੇ ਹੋ ਇਹਦੇ ਫਿਰ ਪੂਰਾ ਵਧੀਆ ਜੰਮ ਕੇ ਤੁਰਦਾ ਵਾ ਤੇਤ ਤਾਂ ਆਪਾਂ ਏਰੀਆ ਵਿਖੇ ਜਿਹੜਾ ਟਰੈਕਟਰ ਖੜਾ ਹੋਇਆ ਹੈ ਤੇ ਮਾਲਕ ਵੀਰਾਂ ਵੱਲੋਂ ਜੋ ਡਿਮਾਂਡ ਰੱਖੀ ਗਈ ਆ ਜੋ ਉਹਨਾਂ ਦੀ ਮੰਗ ਆ ਉਹ ਹੈਗੀ 485000 ਰੁਪਇਆ 485000 ਰੁਪਇਆ ਮਾਲਕ ਵੀਰਾਂ ਵੱਲੋਂ ਜੋ ਇਹ ਟਰੈਕਟਰ ਦਾ ਮੁੱਲ ਰੱਖਿਆ ਗਿਆ ਕੀਮਤ ਰੱਖੀ ਗਈ ਹੈ ਬਾਕੀ ਆਂਦੇ ਸੀ ਮੌਕੇ ਦੇ ਉੱਪਰ ਲੈਸ ਕੀਤਾ ਜਾਊਗਾ ਜੋ ਵੀ ਮਾਲਕ ਵੀਰਾਂ ਦੇ ਸੰਪਰਕ ਦੇ ਨੰਬਰ ਆਪਾਂ ਤੁਹਾਨੂੰ ਥੱਲੇ ਦੇ ਰਹੇ ਹਾਂ ਉਹਨਾਂ ਨੰਬਰਾਂ ਤੇ ਫੋਨ ਲਾ ਕੇ ਜਾਂ ਫਿਰ ਵਟਸਐਪ ਦੇ ਉੱਪਰ ਗੱਲਬਾਤ ਕਰਕੇ ਟਰੈਕਟਰ ਦਾ ਸੌਦਾ ਕਰ ਸਕਦੇ ਹੋ ਹਾਂ ਜਿਹੜਾ ਆਪਣੇ ਕੋਲ ਅੱਗੇ ਆ ਜਾਂਦਾ ਜੀ ਉਹ ਹੈਗਾ ਨਿਊ ਹਾਲੈਂਡ 4710 4 ڈبلیو ਟਰੈਕਟਰ ਨਿਊ ਹਾਲੈਂਡ ਦਾ 47 ਦਾ 6 ਜਾਂਦਾ ਜੀ 4 ਵੀਲ ਡਰਾਈਵ ਦੇ ਵਿੱਚ ਇਹ ਟਰੈਕਟਰ 2018 ਮਾਡਲ ਆ ਟਰੈਕਟਰ ਇਹ 2018 ਮਾਡਲ ਆ ਤੇ 850 ਘੰਟਾ ਟਰੈਕਟਰ ਚੱਲਿਆ ਹੋਇਆ 850 ਘੰਟਾ ਟਰੈਕਟਰ ਕੋਲ ਚੱਲਿਆ ਹੋਇਆ ਹਜੇ ਤੱਕ ਬਾਕੀ ਵੇਟ ਬੂਟ ਲੱਗੇ ਹੋਏ ਆ ਮਗਰ ਪੂਰਾ ਓਕੇ ਆ ਸਾਫ ਹਾਲਤ ਦੇ ਵਿੱਚ ਪਿਆ ਹੋਇਆ ਟਰੈਕਟਰ ਦੇ ਵਿੱਚ ਕੋਈ ਕਮੀ ਨਹੀਂ ਹੈਗੀ ਕੋਈ ਕਪੇਸ਼ੀ ਨਹੀਂ ਪੂਰਾ ਓਕੇ ਆ ਜੰਮ ਕੇ ਤੁਰਦੇ ਆ ਬਾਕੀ 4 ਵੀਲ ਡਰਾਈਵ ਦੇ ਵਿੱਚ ਆ ਜਾਂਦਾ ਰਾਜਸਥਾਨ ਦਾ ਨੰਬਰ ਆ RJ31 ਨੰਬਰ ਆ ਇਹਦਾ ਟਰੈਕਟਰ ਦਾ ਤੇ ਇਸ ਟਾਈਮ ਇਹ ਬਠਿੰਡਾ ਏਰੀਆ ਵਿੱਚ ਖੜਾ ਹੋਇਆ ਇਸ ਟਾਈਮ ਇਹ ਬਠਿੰਡਾ ਏਰੀਆ ਵਿੱਚ ਖੜਾ ਹੋਇਆ ਵਾ ਤੇ ਬਾਕੀ ਤੁਸੀਂ ਮਾੜਾ ਜਿਹਾ ਐਡਰੈਸ ਇੱਕ ਵਾਰ ਪੂਰਾ ਕਨਫਰਮ ਕਰ ਲਓ ਆਪਾਂ ਨੂੰ ਲੈ ਕੇ ਆਇਆ ਹੋ ਸੀ ਆਪਾਂ ਤੁਹਾਨੂੰ ਦੱਸਤਾ ਵਾ ਤੇ 7.5 ਲੱਖ ਰੁਪਈਆ ਮੁੱਲ ਰੱਖਿਆ ਗਿਆ 7.5 ਲੱਖ ਰੁਪਈਆ ਮੁੱਲ ਰੱਖਿਆ ਗਿਆ ਬਾਕੀ ਆਉਂਦੀ ਸੀ ਮੌਕੇ ਦੇ ਉੱਪਰ ਹੋ ਜਾਊਗਾ ਬਾਕੀ ਇੱਕ ਵਾਰ ਡਿਮਾਂਡ ਕਨਫਰਮ ਜ਼ਰੂਰ ਕਰ ਲਿਓ ਤੇ ਏਰੀਆ ਵੀ ਜੋ ਵੀ ਮਾਲਕਾਂ ਦੇ ਨੰਬਰ ਆ ਆਪਾਂ ਤੁਹਾਨੂੰ ਥੱਲੇ ਦੇ ਰਹੇ ਆ ਫੋਨ ਕਰਕੇ ਟਰੈਕਟਰ ਦਾ ਜਿਹੜਾ ਤੁਸੀਂ ਸੌਦਾ ਕਰ ਸਕਦੇ ਹੋ ਪੂਰਾ ਓਕੇ ਤੇ ਸਾਫ਼ ਹਾਲਤ ਦੇ ਵਿੱਚ ਪਿਆ ਹੋਇਆ ਜੀ ਟਰੈਕਟਰ ਤੇ ਜੇ ਵੀਡੀਓ ਤੁਹਾਨੂੰ ਵਧੀਆ ਲੱਗਦੀ ਹੋਈ ਤਾਂ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਤੇ ਅੱਗੇ ਆਪਣੇ ਕੋਲ ਆ ਜਾਂਦਾ ਜੀ 855 ਸਵਰਾ 855 ਆ ਜਾਂਦਾ ਵਾ ਇਹ ਟਰੈਕਟਰ 2008 ਮਾਡਲ ਆ ਟਰੈਕਟਰ ਆ ਜਿਹੜਾ ਇਹ 2008 ਮਾਡਲ ਆ ਵੇਖ ਸਕਦੇ ਹੋ ਹਾਲਤ ਵਗੈਰਾ ਦਾ ਪੂਰਾ ਓਕੇ ਪਿਆ ਹੋਇਆ ਪੂਰਾ ਸਾਫ ਰੰਗ ਦੇ ਵਿੱਚ ਚਾਰ ਰਿੰਗ ਨਾਲ ਰੰਗ ਦੱਸਿਆ ਜਾ ਰਿਹਾ ਵਾ ਜੋ ਸ਼ੋਅ ਦਾ ਬਾਡੀ ਲੈਣ ਦਾ ਬਾਕੀ ਸੀਟ ਸੂਟ ਨਵੀਂ ਲਾਈ ਲੱਗਦੀ ਆ ਤੇ ਮੂਰਲੇ ਟਾਇਰ ਤਾਂ ਨਵੇਂ ਨੇ ਤੇ ਮਗਰਲੇ ਟਾਇਰ 45 ਪੈਸੇ ਨੇ ਮੂਰਲੇ ਟਾਇਰ ਨਵੇਂ ਨੇ ਮਗਰਲੇ ਟਾਇਰ 45 ਪੈਸੇ ਨੇ ਸੁਨਾਹ ਮੀਰ ਕੇ ਵੇਖ ਖੜਾ ਹੋਇਆ ਵਾ ਪੂਰਾ ਅਰੀਜਨਲ ਟਰੈਕਟਰ ਪਿਆ ਹੋਇਆ ਵਾ ਬੰਪਰ ਬੰਪਰ ਲੱਗਾ ਹੋਇਆ ਮਗਰਾਰ ਮਗਰੂੜ ਮੂਰਲੇ ਟਾਇਰਾਂ ਨੂੰ ਚੜੇ ਹੋਏ ਨੇ ਸੋਹਣਾ ਲੱਗਦਾ ਟਰੈਕਟਰ ਖੜਾ ਵੀ ਚੀਮਾ ਮੰਡੀ ਏਰੀਏ ਵਿੱਚ ਖੜਾ ਹੋਇਆ ਵਾ ਤੇ ਮੁੱਲ ਫੋਨ ਦੇ ਉੱਪਰ ਤੁਸੀਂ ਪੁੱਛ ਸਕਦੇ ਹੋ ਸੋਰੀ ਮੁੱਲ ਹੈਗਾ ਦਾ 3 ਲੱਖ ਤੇ 45000 ਰੁਪਇਆ ਸੋਰੀ 3 ਲੱਖ 45000 ਰੁਪਇਆ ਜਿਹੜਾ ਟਰੈਕਟਰ ਦਾ ਮੁੱਲ ਸੀਗਾ ਰੱਖਿਆ ਗਿਆ ਤੇ ਮਾਲਕਾਂ ਦੇ ਜਿਹੜੇ ਵੀ ਨੰਬਰ ਆ ਤੁਹਾਨੂੰ ਥੱਲੇ ਦੇ ਰਹੇ ਹਾਂ ਇੱਕ ਵਾਰ ਯਾਰ ਏਰੀਆ ਕਨਫਰਮ ਕਰ ਲਿਓ ਮੜਾ ਜਾ ਠੀਕ ਹੈ ਜੀ ਤੇ ਰੇਟ ਹੈਗਾ 3 ਲੱਖ 45000 ਮੌਕੇ ਦੇ ਉੱਪਰ ਇਹ ਰੇਟ ਦੇ ਵਿੱਚ ਉਹ ਵੈਸੇ ਘੱਟ ਵੱਧ ਕਰਨਗੇ ਬਾਕੀ ਨੰਬਰ ਦੇ ਉੱਪਰ ਤੁਸੀਂ ਗੱਲਬਾਤ ਕਰ ਲਿਓ ਪੂਰੀ ਮਾਲਕਾਂ ਦੇ ਨਾਲ ਤੇ ਵਧੀਆ ਲੱਗ ਰਹੀ ਹੋਈ ਵੀਡੀਓ ਲਾਈਕ ਜਰੂਰ ਕਰ ਦਿਆ ਕਰੋ ਤੇ ਸ਼ੇਅਰ ਜਰੂਰ ਕਰ ਦਿਆ ਕਰੋ ਤੇ ਅੱਗੇ ਆ ਜਾਂਦਾ ਜੀ HMT 5911 ਇਹ ਜਿਹੜਾ 5911 ਟਰੈਕਟਰ ਆ ਇਹ 2002 ਮਾਡਲ ਆ ਇਹ ਟਰੈਕਟਰ ਆ ਜਿਹੜਾ 2002 ਮਾਡਲ ਆ ਪੂਰਾ ਓਕੇ ਆ ਮਗਰਲੇ ਟਾਇਰ ਤੇਰੇ 95 ਪੈਸੇ ਨੇ ਮੂਰਲੇ ਟਾਇਰ 40 ਪੈਸੇ ਨੇ ਮਗਰਲੇ 95 ਪੈਸੇ ਆ ਮੂਰਲੇ 40 ਪੈਸੇ ਆ ਤੇ ਨਵੀਂ ਬੈਟਰੀ ਹੈ ਟਰੈਕਟਰ ਦੀ ਤੇ ਪਾਵਰ ਸਟੀਰਿੰਗ ਆ ਤੇ ਕਪੂਰਥਲੇ ਏਰੀਏ ਵਿਖੇ ਜਿਹੜਾ ਟਰੈਕਟਰ ਖੜਾ ਹੋਇਆ ਹੈ ਇਹ ਤੇ ਇੱਕ ਮੇਰੀ ਵੀਰੋ ਰਿਕੁਐਸਟ ਆ ਕਿ ਤੁਸੀਂ ਜਦੋਂ ਐਡ ਭੇਜਦੇ ਹੋ ਨਾ ਉਸ ਤੋਂ ਬਾਅਦ ਜੋ ਮੈਸੇਜ ਨਾ ਕਰਿਆ ਕਰੋ ਮੈਸੇਜ ਨਾ ਕਰਿਆ ਕਰੋ ਫੋਨ ਲਾ ਕੇ ਭਲਾ ਪੁੱਛ ਲਿਆ ਕਰੋ ਪਰ ਮੈਸੇਜ ਨਾ ਕਰਿਆ ਕਰੋ ਹੁਣ ਬਹੁਤ ਜ਼ਿਆਦਾ ਵੀਰ ਮੈਸੇਜ ਕਰੀ ਜਾਂਦੇ ਰਹਿੰਦੇ ਆ ਬਾਅਦ ਚ ਉਹਨਾਂ ਦੀ ਐਡ ਓਮੇ ਓਮ ਤਾਂ ਜਾਈ ਜਾਂਦੀ ਆ ਤੇ 3.5 ਲੱਖ ਰੁਪਏ ਜਿਹੜਾ ਟਰੈਕਟਰ ਦਾ ਮੁੱਲ ਰੱਖਿਆ ਗਿਆ ਵਾ ਮੌਕੇ ਦੇ ਉੱਪਰ ਘੱਟ ਵੱਧ ਜ਼ਰੂਰ ਕਰ ਲੈਣਗੇ ਜੋ ਵੀ ਮਾਲਕ ਵੀਰਾਂ ਦੇ ਨੰਬਰ ਆ ਉਹ ਤੁਹਾਨੂੰ ਥੱਲੇ ਦੇ ਰਹੇ ਹਾਂ ਮਾਲਕਾਂ ਨਾਲ ਸਿੱਧੀ ਗੱਲਬਾਤ ਕਰਕੇ ਟਰੈਕਟਰ ਦਾ ਜਿਹੜਾ ਤੁਸੀਂ ਸੌਦਾ ਕਰ ਸਕਦੇ ਹੋ ਪੂਰੀ ਚੰਗੀ ਹਾਲਤ ਦੇ ਵਿੱਚ ਜਿਹੜਾ ਟਰੈਕਟਰ ਇਹ ਪਿਆ ਹੋਇਆ ਅੱਗੇ ਆ ਜਾਂਦਾ ਸਵਰਾਜ 855 ਤੇ ਜਿਹੜਾ ਇਹ 855 ਟਰੈਕਟਰ ਆ ਇਹਦਾ ਮਾਡਲ ਹੈਗਾ ਜੀ 2015 2015 ਮਾਡਲ ਹੈ ਇਹ 855 ਪੂਰੀ ਚੰਗੀ ਹਾਲਤ ਦੇ ਵਿੱਚ ਸ਼ੋਸ਼ੂ ਲਾ ਕੇ ਰੱਖੀ ਹੋਈ ਆ ਬੜੀਆ ਚੱਲਦਾ ਵਾ ਵਾ ਕੇ ਚਲਾ ਕੇ ਚੈੱਕ ਕਰਕੇ ਖਰੀਦ ਸਕਦੇ ਹੋ ਇਹਨੂੰ ਬੰਪਰ ਬੰਪਰ ਲੱਗਾ ਹੋਇਆ ਵਾ 75 ਪੈਸੇ ਨਾਲ ਦੇ ਟਾਇਰ ਨੇ ਮਿਊਜ਼ਿਕ ਸਿਸਟਮ ਵੀ ਲੱਗਾ ਹੋਇਆ 75 ਪੈਸੇ ਨਾਲ ਦੇ ਟਾਇਰ ਨੇ ਇੰਜਨ ਦਾ ਸੀਲਡ ਆ ਗੇਅਰ ਦਾ ਸੀਲਡ ਆ ਤੇ ਮਗਰਲੇ ਹਿੱਸੇ ਦਾ ਵੀ ਸੀਲਡ ਆ ਪਾਵਰ ਸਟੀering ਦਾ ਟਰੈਕਟਰ ਰਿਵਰਸ ਵੀਡੀਓ 4 ਸਟਾਰ ਡਬਲ ਡਿਸਟ੍ਰਿਬਿਊਟਰ ਲੱਗਾ ਹੋਇਆ ਟਰੈਕਟਰ ਨੂੰ ਤੇ ਮਾਲਕ ਵੀਰਾਂ ਵੱਲੋਂ ਜੋ ਮੰਗ ਰੱਖੀ ਗਈ ਹੋਏਗੀ 5 ਲੱਖ ਤੇ 10000 ਰੁਪਇਆ 5 ਲੱਖ 10000 ਰੁਪਇਆ ਮੁੱਲ ਰੱਖਿਆ ਗਿਆ ਟਰੈਕਟਰ ਦਾ ਤੇ ਮੌਕੇ ਦੇ ਉੱਪਰ ਲੈਸ ਕੀਤਾ ਜਾਊਗਾ ਘੱਟ ਵੱਧ ਹੋ ਜਾਊਗਾ ਮੌਕੇ ਦੇ ਉੱਪਰ ਜੋ ਵੀ ਮਾਲਕਾਂ ਦੇ ਨੰਬਰ ਆ ਉਹ ਤੁਹਾਨੂੰ ਥੱਲੇ ਦੇ ਰਹੇ ਹਾਂ ਮੈਸੀ ਫਰਬੂਸ਼ਨ 9500 ਮੈਸੀ ਫਰਬੂਸ਼ਨ ਜਿਹੜਾ 9500 ਸਕਰੀਨ ਦੇ ਉੱਪਰ ਸ਼ੋ ਹੁੰਦਾ ਪਿਆ ਇਹ 2016 ਮਾਡਲ ਆ ਟਰੈਕਟਰ ਆ ਜਿਹੜਾ ਇਹ 2016 ਮਾਡਲ ਆ ਤੇ ਕੁੱਲ ਟਰੈਕਟਰ 2800 ਘੰਟੇ ਚੱਲਿਆ ਹੋਇਆ ਭਰਾਓ 220 ਘੰਟੇ ਚੱਲਿਆ ਹੋਇਆ ਪਾਵਰ ਸਟੀering ਦਾ ਟਰੈਕਟਰ ਟੌਪ ਮਾਡਲ ਦੇ ਵਿੱਚ ਆਉਂਦਾ ਵਾ ਮਿਊਜ਼ਿਕ ਸਿਸਟਮ ਲਗਵਾਇਆ ਹੋਇਆ ਵੀਰਾਂ ਨੇ ਤੇ ਬਠਿੰਡਾ ਏਰੀਆ ਵਿੱਚ ਜਿਹੜਾ ਟਰੈਕਟਰ ਖੜਾ ਹੋਇਆ ਇਹ ਬਠਿੰਡਾ ਏਰੀਆ ਵਿੱਚ ਖੜਾ ਹੋਇਆ ਪੂਰਾ ਓਕੇ ਆ ਵਾ ਕੇ ਚਲਾ ਕੇ ਦੇਣ ਦੀ ਪੂਰੀ ਤਸੱਲੀ ਆ ਗਾਰੰਟੀ ਦਿੱਤੀ ਜਾ ਰਹੀ ਆ ਖੁੱਲਾ ਡੋਲਾ ਪਲੇਟਫਾਰਮ ਬਾਕੀ ਇਹਨਾਂ ਦੀ ਥੋੜੀ ਜੀ ਐਕੀ ਮੈਸੀ ਦੀ ਪੈੜ ਹੁੰਦੀ ਆ ਕਿ ਕਲੱਚ ਤੇ ਪੈਰ ਬਹੁਤ ਰਖਾਉਂਦੇ ਆ ਕਲੱਚ ਬਹੁਤ ਛੇਤੀ ਡਾਉਂਦੇ ਆ ਤੇ ਕਲੱਚ ਦਾ ਤੇ ਗੇਅਰ ਦਾ ਇਹ ਥੋੜਾ ਕੱਚਾ ਵਾ ਟਰੈਕਟਰ ਗੇਅਰ ਤੋਂ ਪਿੱਛੇ ਤੱਕ ਦਾ ਥੋੜਾ ਕੱਚਾ ਹੈ ਲੈਫਟ ਲੋਫਟ ਚੰਗੀ ਹੁੰਦੀ ਹੈ ਇੰਜਨ ਵੀ ਠੀਕ ਹੈ ਇਹਦਾ ਤਕੜਾ ਇੰਜਨ ਹੁੰਦਾ ਵਾ ਤੇ ਜਿਹੜਾ ਟਰੈਕਟਰ ਦਾ ਮੁੱਲ ਆ ਉਹ ਹੈਗਾ 5 ਲੱਖ ਤੇ 10000 ਰੁਪਈਆ 5 ਲੱਖ 10000 ਰੁਪਈਆ ਮੁੱਲ ਆ ਬਾਕੀ ਜਿਹੜਾ ਮੌਕੇ ਦੇ ਉੱਪਰ ਲੈਸ ਹੋਊਗਾ ਮਾਲਕਾਂ ਨੇ ਜਿਹੜੇ ਨੰਬਰ ਆ ਉਹ ਤੁਹਾਨੂੰ ਫੋਟੋਆਂ ਦੇ ਵਿੱਚ ਥੱਲੇ ਦਿੱਤੇ ਜਾ ਰਹੇ ਨੇ ਫੋਨ ਕਰਕੇ ਜਿਹੜਾ ਤੁਸੀਂ ਟਰੈਕਟਰ ਦਾ ਸੌਦਾ ਕਰ ਸਕਦੇ ਹੋ ਨਿਊ ਹਾਲੈਂਡ 363 ਆ ਜਾਂਦਾ ਜੀ ਇਹ ਫੋਰਡ ਵਾਲਾ ਜੀ ਤੇ ਇਹ ਜਿਹੜਾ ਟਰੈਕਟਰ ਦਾ ਮਾਡਲ ਦੀ ਗੱਲਬਾਤ ਕਰੀਏ ਆਪਾਂ 2003 ਮਾਡਲ ਆ ਇਹ ਟਰੈਕਟਰ ਆ ਜਿਹੜਾ 2003 ਮਾਡਲ ਆ ਇਹ ਥੋੜਾ ਜਨ ਕੀ ਹੈ ਥੋੜਾ ਉੱਚੇ ਮਾਡਲ ਦੇ ਵਿੱਚ ਆ ਤਿੰਨ ਦੇ ਵਿੱਚ ਇੱਕ ਤਾਂ ਹੁੰਦੇ ਸੀ ਦੂਜੇ ਰੰਗ ਵਾਲੇ ਥੋੜਾ ਹੋਰ ਹੌਸ ਹਾਬ ਦਾ ਵਾ ਤੇ ਬਾਕੀ ਤੁਸੀਂ ਮਾਲਕਾਂ ਨਾਲ ਗੱਲਬਾਤ ਕਰ ਲਿਓ ਤੇ 85 ਪੈਸੇ ਟਰੈਕਟਰ ਦੇ ਟਾਇਰ ਸੈਂਪਲ ਸਟੀering ਦਾ ਟਰੈਕਟਰ ਪੂਰਾ ਓਕੇ ਪਿਆ ਹੋਇਆ ਵਾ ਕੇ ਚਲਾ ਕੇ ਦੇਣ ਦੀ ਟਰੈਕਟਰ ਦੀ ਪੂਰੀ ਗਾਰੰਟੀ ਆ ਕੋਈ ਕੰਮ ਨਹੀਂ ਭਾਲਦਾਗਾ ਟਰੈਕਟਰ ਕਿ ਤੋਂ ਕੋਈ ਛ ਨਹੀਂ ਹੋਇਆਗਾ ਟਰੈਕਟਰ ਨੂੰ ਪੂਰਾ ਓਕੇ ਆ ਵਾ ਕੇ ਚਲਾ ਕੇ ਦੇਣ ਦੀ ਪੂਰੀ ਗਾਰੰਟੀ ਆ ਵਾ ਕੇ ਚਲਾ ਕੇ ਦੇਣ ਦੀ ਪੂਰੀ ਗਾਰੰਟੀ ਰੰਗ ਵੀ Ориਜਨਲ ਦੱਸਿਆ ਜਾ ਰਿਹਾ ਜੋ ਸ਼ੋ ਦਾ ਬਾਡੀ ਚਾਸੀ ਲਿੰਕਾਂ ਦਾ ਟੋਟਲ ਤੇ ਮੁੱਲ ਰੱਖਿਆ ਗਿਆ ਜੀ 3 ਲੱਖ ਰੁਪਈਆ 3 ਲੱਖ ਰੁਪਈਆ ਡਿਮਾਂਡ ਆ ਤੇ ਨੰਬਰ ਆ ਜਿਹੜਾ ਮਾਲਕਾਂ ਦੇ ਤੁਹਾਨੂੰ ਥੱਲੇ ਦਿੱਤਾ ਜਾ ਰਿਹਾ ਵਾ ਫੋਨ ਕਰਕੇ ਤੁਸੀਂ ਮਾਲਕਾਂ ਦੇ ਨਾਲ ਗੱਲਬਾਤ ਕਰਕੇ ਜਿਹੜਾ ਟਰੈਕਟਰ ਦਾ ਸੌਦਾ ਕਰ ਸਕਦੇ ਹੋ ਅੱਗੇ ਆਪਣੇ ਕੋਲ ਸੇਲ ਦੇ ਵਿੱਚ ਆਉਂਦਾ ਹੈ ਮਹਿੰਦਰਾ 575 ਡੀ ਹਾਈਡਰੇਟਰ ਇਹਰਾ ਟਾਪ ਮਾਡਲ ਦੇ ਵਿੱਚ ਆ 2015 ਮਾਡਲ ਆ ਇਹ 2015 ਮਾਡਲ ਦਾ ਟਰੈਕਟਰ ਇਹ ਪੂਰਾ ਓਕੇ ਪਿਆ ਹੋਇਆ ਸਾਫ ਹਾਲਤ ਦੇ ਵਿੱਚ ਆ ਵਾਕੇ ਚਲਾ ਕੇ ਦੇਣ ਦੀ ਟਰੈਕਟਰ ਦੀ ਪੂਰੀ ਗਾਰੰਟੀ ਆ ਰੰਗ ਰੂੰਗ ਟੂਟਰ ਅਰੀਜਨਲ ਆ ਕਿਤੋਂ ਰੰਗ ਦੁਬਾਰਾ ਨਹੀਂ ਹੋਇਆ ਟੂਟਰ ਅਰੀਜਨਲ ਰੰਗ ਆ ਜੋ ਰਿੰਮਾਂ ਦਾ ਬਾਡੀ ਲੈਣ ਦਾ ਸ਼ੋਅ ਦਾ ਸਾਰਾ ਕੁਝ ਟੂਟਰ ਅਰੀਜਨਲ ਟਰੈਕਟਰ ਆ 1650 ਘੰਟੇ ਟਰੈਕਟਰ ਚੱਲਿਆ ਹੋਇਆ 1600 1650 ਦੇ ਵਿੱਚ ਵਿੱਚ ਆ ਬਾਕੀ ਤੁਸੀਂ ਮਾਲਕਾਂ ਦੇ ਨਾਲ ਗੱਲਬਾਤ ਕਰ ਲਿਓ ਪੂਰੀ ਸ਼੍ਰੀ ਅੰਮ੍ਰਿਤਸਰ ਏਰੀਆ ਵਿੱਚ ਇਹ ਟਰੈਕਟਰ ਆ ਜਿਹੜਾ ਖੜਾ ਹੋਇਆ ਇਹ ਬਾਕੀ ਪੂਰਾ ਉੱਥੇ ਤੁਸੀਂ ਜਾ ਕੇ ਚੈੱਕ ਕਰਕੇ ਖਰੀਦ ਸਕਦੇ ਹੋ ਵਾਹ ਕੇ ਚਲਾ ਕੇ ਦੇਣ ਦੀ ਵੀ ਗਾਰੰਟੀ ਦਿੱਤੀ ਜਾ ਰਹੀ ਆ ਸਾਢੇ 4 ਲੱਖ ਰੁਪਏ ਡਿਮਾਂਡ ਆ ਅੰਮ੍ਰਿਤਸਰ ਏਰੀਆ ਵਿੱਚ ਖੜਾ ਹੋਇਆ ਬਾਬਾ ਬਕਾਲਾ ਏਰੀਆ ਵਾ ਇਹਨਾਂ ਦਾ ਤੇ ਬਾਕੀ ਸਾਢੇ 4 ਲੱਖ ਰੁਪਏ ਡਿਮਾਂਡ ਦੇ ਵਿੱਚ ਉਹ ਥੋੜਾ ਬੋਤ ਲੈਸ ਕੀਤਾ ਜਾਊਗਾ ਅੱਗੇ ਆਪਣੇ ਕੋਲ ਸੇਲ ਦੇ ਵਿੱਚ ਜਿਹੜਾ ਟਰੈਕਟਰ ਆਉਂਦਾ ਵਾ ਉਹ ਹੈਗਾ ਜੀ ਨਿਊ ਹਾਲੈਂਡ 3630 ਸੁਪਰ ਸੂਪਰ ਜਿਹੜਾ ਨਿਊ ਹਾਲੈਂਡ ਦਾ ਉਹ ਆਉਂਦਾ ਜੀ 2013 ਮਾਡਲ ਆ ਟਰੈਕਟਰ ਜਿਹੜਾ ਇਹ 2013 ਮਾਡਲ ਆ ਹਾਲਤ ਵਗੈਰਾ ਦਾ ਬਹੁਤ ਸੋਹਣਾ ਟਰੈਕਟਰ ਪਿਆ ਹੋਇਆ ਵਾ ਕੰਮ ਕੋਈ ਨਹੀਂ ਭਾਲਦਾਗਾ ਇੰਜਨ ਦਾ ਗੇਅਰ ਦਾ ਲੈਫਟ ਦਾ ਮਗਰਲੇ ਹਿੱਸੇ ਦਾ ਪੂਰਾ ਓਕੇ ਆ ਸੈੱਟ ਪੀਸ ਆ 3 ਸਪੀਡ ਦੇ ਵਿੱਚ ਆ 60 ਪੈਸੇ ਨਾਲ ਦੇ ਟਾਇਰ ਨੇ ਬਠਿੰਡਾ ਏਰੀਆ ਵਿੱਚ ਟਰੈਕਟਰ ਖੜਾ ਹੋਇਆ ਵਾ ਜੈ ਡਿਮਾਂਡ ਦੇ ਉੱਪਰ ਹੀ ਆ 4.5 ਲੱਖ ਰੁਪਈਆ 4 ਲੱਖ ਸੌਰੀ 55000 4 ਲੱਖ 55000 ਮੁੱਲ ਪੂਰਾ ਜਾਇਜ ਮੁੱਲ ਮੰਗਿਆ ਗਿਆ ਵਾ ਆਈ ਨਹੀਂ ਹੈਗਾ ਵੀ ਸਰ ਕੱਡ ਮਾ ਰੇਟ ਤੇਰੇ ਵਿੱਚੋਂ ਵੀ ਘੱਟ ਵੱਧ ਕੀਤਾ ਜਾਣਾ ਵਾ ਮਾਲਕਾਂ ਦੇ ਨੰਬਰ ਆ ਜਿਹੜੇ ਆਪਾਂ ਤੁਹਾਨੂੰ ਥੱਲੇ ਦੇ ਰਹੇ ਹਾਂ ਫੋਨ ਕਰਕੇ ਤੁਸੀਂ ਟਰੈਕਟਰ ਦੇ ਬਾਰੇ ਹੋਰ ਜਾਣਕਾਰੀ ਲੈ ਸਕਦੇ ਹੋ ਟਰੈਕਟਰ ਦਾ ਸੌਦਾ ਤੁਸੀਂ ਕਰ ਸਕਦੇ ਹੋ ਅੱਗੇ ਆਪਣੇ ਕੋਲ ਸੇਲ ਦੇ ਵਿੱਚ ਆ ਜਾਂਦਾ ਜੀ ਸਵਰਾਜ 744 ਸਵਰਾਜ 744 ਟਰੈਕਟਰ ਦੇ ਮਾਡਲ ਦੀ ਗੱਲ ਬਾਤ ਕਰੀਏ 2010 ਮਾਡਲ ਆ ਟਰੈਕਟਰ ਇਹ 2010 ਮਾਡਲ ਆ ਬਹੁਤ ਸੋਹਣਾ ਟਰੈਕਟਰ ਪਿਆ ਹੋਇਆ ਵਾ ਸਾਫ ਰੰਗ ਦੇ ਵਿੱਚ ਆ 95 ਪੈਸੇ ਟਰੈਕਟਰ ਦੇ ਟਾਇਰ ਨੇ 95 ਪੈਸੇ ਟਰੈਕਟਰ ਦੇ ਟਾਇਰ ਨੇ ਮਾਲਕ ਵੀਰਾਂ ਦੇ ਦੱਸਣ ਅਨੁਸਾਰ 3.5 ਲੱਖ ਰੁਪਇਆ ਜਿਹੜੀ ਟਰੈਕਟਰ ਦੀ ਡਿਮਾਂਡ ਰੱਖੀ ਗਈ ਆ ਤੇ ਇਹ ਡਿਮਾਂਡ ਦੇ ਵਿੱਚੋਂ ਮੌਕੇ ਦੇ ਉੱਪਰ ਘਟ ਵੱਧ ਜ਼ਰੂਰ ਕੀਤਾ ਜਾਊਗਾ ਮੌਕੇ ਦੇ ਉੱਪਰ ਲੈਸ ਕੀਤਾ ਜਾਊਗਾ ਡਿਮਾਂਡ ਦੇ ਵਿੱਚੋਂ ਜੋ ਵੀ ਨੰਬਰ ਨੇ ਮਾਲਕਾਂ ਦੇ ਉਹ ਤੁਹਾਨੂੰ ਥੱਲੇ ਦਿੱਤੇ ਜਾ ਰਹੇ ਨੇ ਇਹਨਾਂ ਨੰਬਰਾਂ ਤੇ ਫੋਨ ਲਾ ਕੇ ਮਾਲਕਾਂ ਦੇ ਨਾਲ ਸਿੱਧੀ ਗੱਲਬਾਤ ਕਰ ਸਕਦੇ ਹੋ ਫੋਨ ਦੇ ਉੱਪਰ ਸਵਰਾਜ 744 2010 ਮਾਡਲ 95 ਪੈਸੇ ਟਾਇਰ ਦੱਸੇ ਜਾ ਰਹੇ ਨੇ 3.5 ਲੱਖ ਰੁਪਇਆ ਡਿਮਾਂਡ ਆ 3.5 ਲੱਖ ਰੁਪਇਆ ਡਿਮਾਂਡ ਰੱਖੀ ਗਈ ਆ ਮੌਕੇ ਦੇ ਉੱਪਰ ਡਿਮਾਂਡ ਦੇ ਵਿੱਚੋਂ ਲੈਸ ਕੀਤਾ ਜਾਊਗਾ ਨੰਬਰ ਮਾਲਕਾਂ ਦੇ ਥੱਲੇ ਆ ਫੋਨ ਕਰਕੇ ਟਰੈਕਟਰ ਦਾ ਜਿਹੜਾ ਤੁਸੀਂ ਸੌਦਾ ਕਰ ਸਕਦੇ ਹੋ ਬਾਕੀ ਵੀਡੀਓ ਨੂੰ ਲਾਈਕ ਜਰੂਰ ਕਰ ਦਿਓ ਤੇ ਸ਼ੇਅਰ ਜਰੂਰ ਕਰ ਦਿਆ ਕਰੋ ਤੇ ਅੱਗੇ ਆ ਜਾਂਦਾ ਅਰਜਨ 555 ਅਰਜਨ 555 ਇੱਕ ਭਰਾ ਉਹ ਅਰਜਨ ਦੀ ਵੀਡੀਓ ਤਾਂ ਬਣੀ ਪਈ ਆ ਥੋੜਾ ਟਾਈਮ ਨਹੀਂ ਲੱਗਦਾ ਨੰਬਰ ਲਿਖਣ ਵਾਲੇ ਰਹਿੰਦੇ ਬਸ ਇਕੱਲੇ ਤੇ ਉਹ ਵੀ ਪਾਵਾਂਗੇ ਮੇਰੇ ਸਾਹਮਣੇ ਕੱਲ ਨੂੰ ਆ ਜੂਗੀ ਜਿੰਨਾ ਤੱਕ ਮੈਨੂੰ ਉਮੀਦ ਆ ਕੱਲ ਨੂੰ ਸਵੇਰ ਨੂੰ ਤੇ ਇਹ ਟਰੈਕਟਰ 2012 ਮਾਡਲ ਆ ਤੇ 80 ਪੈਸੇ ਟਰੈਕਟਰ ਦੇ ਟਾਇਰ ਨੇ ਇਹ ਟਰੈਕਟਰ ਦੇ 80 ਪੈਸੇ ਟਾਇਰ ਨੇ ਫਿਰੋਜ਼ਪੁਰ ਏਰੀਏ ਵਿੱਚ ਇੱਕ ਵੇਖੇ ਟਰੈਕਟਰ ਖੜਾ ਹੋਇਆ ਹੈ ਐਟ ਅ ਟਾਈਮ ਮੌਕੇ ਦੇ ਉੱਪਰ ਤੇ 385000 ਜਿਹੜਾ ਮਾਲਕ ਵੀਰਾਂ ਵੱਲੋਂ ਮੁੱਲ ਰੱਖਿਆ ਗਿਆ ਸੀ ਟਰੈਕਟਰ ਦਾ ਬਾਕੀਆਂ ਦੀ ਸੀ ਮੌਕੇ ਦੇ ਉੱਪਰ ਲੈਸ ਕੀਤਾ ਜਾਊਗਾ ਜੋ ਵੀ ਨੰਬਰ ਨੇ ਮਾਲਕਾਂ ਦੇ ਉਹ ਤੁਹਾਨੂੰ ਥੱਲੇ ਦਿੱਤੇ ਜਾ ਰਹੇ ਨੇ ਉਹਨਾਂ ਨੰਬਰਾਂ ਦੇ ਉੱਪਰ ਤੁਸੀਂ ਫੋਨ ਲਾ ਕੇ ਜਾਂ ਫਿਰ ਵਟਸਐਪ ਦੇ ਉੱਪਰ ਸਿੱਧੀ ਗੱਲਬਾਤ ਕਰਕੇ ਮਾਲਕਾਂ ਨੇ ਨਾਲ ਖਰੀਦ ਸਕਦੇ ਹੋ 385000 ਰੁਪਿਆ ਡਿਮਾਂਡ ਫਿਰੋਜ਼ਪੁਰ ਏਰੀਏ ਵਿੱਚ ਖੜਾ ਹੋਇਆ 2012 ਮਾਡਲ ਦਾ ਮਾਲਕਾਂ ਦੇ ਜੋ ਵੀ ਨੰਬਰ ਨੇ ਉਹ ਤੁਹਾਨੂੰ ਥੱਲੇ ਦਿੱਤੇ ਜਾ ਰਹੇ ਨੇ ਫੋਨ ਕਰਕੇ ਟਰੈਕਟਰ ਦਾ ਸੌਦਾ ਕਰ ਸਕਦੇ ਹੋ ਬਹੁਤ ਸੋਹਣਾ ਸਾਫ ਸੁਥਰਾ ਟਰੈਕਟਰ ਪਿਆ ਹੋਇਆ ਬਹੁਤ ਬਹੁਤ ਧੰਨਵਾਦ ਐਂਡ ਤੱਕ ਵੀਡੀਓ ਵੇਖਣ ਦੇ ਲਈ ਜੇ ਵਧੀਆ ਲੱਗਿਆ ਲਾਈਕ ਕਰਿਓ ਸ਼ੇਅਰ ਕਰਿਓ ਚੈਨਲ ਨੂੰ ਸਬਸਕ੍ਰਾਈਬ